ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਜੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚੋਂ ਭਰਤੀ ਆਈ ਹੈ ਤਾਂ ਉਸ ਦੀ ਉਮਰ ਹੱਦ ਹੈ ਜੋ 18 ਤੋਂ 37 ਸਾਲ ਤੱਕ ਹੈ ਨੋਟੀਫਿਕੇਸ਼ਨ ਹੈ ਜੋ ਕੱਲ ਆਊਟ ਹੋ ਚੁੱਕਿਆ ਹੈ ਤਨਖਾਹਾਂ ਇਹਦੀ ਹੈ ਜੀ 10300 ਤੋਂ ਲੈ ਕੇ 34800 ਪਲੱਸ 3200 ਗ੍ਰੇਡ ਪੇ ਫੁੱਲ ਤੁਹਾਨੂੰ ਡਿਟੇਲਸ ਦੱਸ ਦਿੰਨੇ ਆ ਜੀ ਨੋਟੀਫਿਕੇਸ਼ਨ ਵੀ ਦਿਖਾ ਦਿੰਨੇ ਆ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸੇ ਤਰ੍ਹਾਂ ਤੁਹਾਨੂੰ ਹੈ ਜੋ ਨਵੇਂ-ਨਵੇਂ ਵੈਕੈਂਸੀਆਂ ਦੀ ਅਤੇ ਆਉਣ ਵਾਲੇ ਇਗਜ਼ਾਮ ਦੀ ਅਪਡੇਟ ਐ ਜੋ ਮਿਲਦੀ ਰਹੇ ਤਾਂ ਚਲੋ ਜੀ ਤੁਹਾਨੂੰ ਦਿਖਾ ਦਿੰਨੇ ਆ ਉਹ ਨੋਟੀਫਿਕੇਸ਼ਨ ਜਿਹਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਭਰਤੀ ਦੀ ਡਿਟੇਲ ਦਿੱਤੀ ਹੋਈ ਹੈ ਤਾਂ ਹਾਂਜੀ ਇਹ ਆ ਉਹ ਨੋਟੀਫਿਕੇਸ਼ਨ ਐਡਵਰਟਾਈਜ਼ ਨੰਬਰ HCRBST12 2019 ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਚੰਡੀਗੜ੍ਹ ਡਿਟੇਲਡ employment notice ਸਟੈਨੋ ਟਾਈਪਿਸਟਰੀ ਦੀ ਐ ਜੋ ਭਰਤੀ ਹੈ ਟੋਟਲ ਹੈ ਜੋ ਇਹਦੀਆਂ 20 ਪੋਸਟਾਂ ਨੇ ਜਨਰਲ 16 ਐਸਸੀ ਐਸਟੀ ਬੀਸੀ 2 ਐਕਸ ਸਰਵਿਸਮੈਨ 1 ਅਤੇ ਅਦਰ ਪਰਸਨ ਹੈ ਜੋ ਲੋਅਰ ਲੀਗ ਡਿਸੇਬਿਲਟੀ ਇੱਕ ਪੋਸਟ ਹੈ ਟੋਟਲ ਹੈ ਜੋ 20 ਪੋਸਟਾਂ ਨੇ ਸਟੈਨੋ ਟਾਈਪਿਸਟ ਦੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿੱਚ ਤਾਂ ਗੱਲ ਕਰਦੇ ਹਾਂ ਇਹਦੀ ਕੁਆਲੀਫੀਕੇਸ਼ਨ ਜੋ ਇਸ ਭਰਤੀ ਦੀ ਪੋਸਟ ਦੀ ਤਨਖਾਹ ਹੈ ਜੀ ਉਹ ਤੁਹਾਨੂੰ ਦੱਸ ਦਿੱਤੀ ਹੈ 10,300 ਤੋਂ ਲੈ ਕੇ ਸਟਾਰਟ ਹੈ ਅਤੇ 34,800 ਹੈ ਜੋ ਇਹਦੀ ਪੀਏ 3200 ਜੀਪੀ ਇਸ ਤੋਂ ਇਲਾਵਾ ਇਹਦੀ ਕੁਆਲਿਫਿਕੇਸ਼ਨ ਦੀ ਗੱਲ ਕਰ ਦਿੰਨੇ ਆ ਜੀ ਤਾਂ ਇਹਨਾਂ ਨੇ ਕੁਆਲਿਫਿਕੇਸ਼ਨ ਹੈ ਜੋ ਗ੍ਰੈਜੂਏਸ਼ਨ ਮੰਗੀ ਹੈ ਸਟੈਨੋ ਟਾਈਪਿਸਟ ਲਈ 18 ਤੋਂ 30 ਸਾਲ ਦੇ ਵਿੱਚ ਜੋ ਏਜ ਹੈ ਕੈਟਾਗਰੀ ਵਾਈਜ਼ ਹੈ ਜੋ ਏਜ ਵਿੱਚ ਛੋਟ ਵੀ ਦਿੱਤੀ ਗਈ ਹੈ ਫਿਜ਼ੀਕਲੀ ਹੈਂਡੀਕੈਪਡ ਐਸਸੀ ਐਸਟੀ ਬੀਸੀ ਐਕਸ ਸਰਵਿਸਮੈਨ ਅਤੇ ਗਵਰਨਮੈਂਟ EMPLOYE ਕੈਟਾਗਰੀਜ਼ ਲਈ ਮੈਂ ਪਹਿਲੇ ਨੰਬਰ ਦਿੱਤੀ ਹੈ ਜੀ ਐਸਸੀ ਐਸਟੀ ਬੀਸੀ ਲਈ 3 ਇਅਰ ਦੀ ਛੋਟ ਹੈ ਫਿਜ਼ੀਕਲ ਹੈਂਡੀਕੈਪਟ 10 ਇਅਰ ਐਕਸ ਸਰਵਿਸਮੈਨ ਉਹਨਾਂ ਦੀ ਹੈ ਜੋ ਸਰਵਿਸ ਦੇ ਆਧਾਰ ਤੇ ਪਲੱਸ 3 ਇਅਰਸ ਸੋ ਜੋ ਵੀ ਇੰਟਰਸਟਿਡ ਨੇ ਇਸ ਵੈਕੈਂਸੀ ਲਈ ਦਾ ਜਰੂਰ ਪਲਾਈ ਕਰ ਦੇਣਾ ਜੀ ਸਟੈਨੋ ਟਾਈਪਿਸਟੀਆਂ ਜੋ ਵੈਕੈਂਸੀਆਂ ਆਈਆਂ ਹੋਈਆਂ ਨੇ